शाहरुख खान नूं आंध्र प्रदेश के तिरुपति मंदिर दे विच वेख्या गया जिथे कि वह सफेद पोशाक दे विच नजर आ रही थी। इस मौके के उपर इकले नहीं सी बल्कि उन्होंने नाल उन्हां दी बेटी अते नयनतारा भी सी। सारा ने सफेद रंग की आउटफिट पाई हुई सी अते वीडियो दे विच शाहरुख खान दर्शन करन तो बाद जो बाहर आते हैं तो उन्होंने चेहरे के उपर एक वड्डी सी जो समाइल आ नजर आती है। परंतु इस सब के दरम्यान एक विवाद जो है वह शाहरुख खान के नाल आके जुड़ गया, जिथे कि यूजर्स के वलों कहा जा रहा है कि शाहरुख सच्चे मुसलमान ने, भले ही वह मंदिर गए परंतु उन्होंने वालों मत्थे ਉੱਪਰ ਟਿੱਕਾ ਬਿਲਕੁਲ ਨਹੀਂ ਲਗਵਾਇਆ ਗਿਆ। ਇੱਕ ਦੂਸਰੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਵਾਂ ਚਲਣ ਮਿਲ ਗਿਆ ਹੈ ਕਿ ਮੰਦਰ ਜਾਓ ਅਤੇ ਜਨਤਾ ਦੇ ਦਿਲਾਂ ਦੇ ਵਿੱਚ ਵਸ ਜਾਓ ਕਿਉਂਕਿ ਇਹ ਤਾਂ ਮੰਦਰ ਜਾਂਦਾ ਹੈ, ਇਸ ਕਰਕੇ ਸਹੀ ਹੈ। ਇੱਕ ਦੂਸਰੇ ਯੂਜ਼ਰਸ ਨੇ ਲਿਖਿਆ ਹੈ ਕਿ ਮੱਕਾ ਦੀ ਤਰ੍ਹਾਂ ਗੈਰ ਮੁਸਲਮਾਨਾਂ ਦੇ ਵਾਸਤੇ ਵੀ ਪ੍ਰਤੀਬੰਧ ਲੱਗਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਿਰਫ ਦਿਖਾਵੇ ਅਤੇ ਬੋਲਣ ਦੇ ਵਾਸਤੇ ਹੀ ਮੰਦਰ ਜਾਂਦੇ ਨੇ, ਇਹਨਾਂ ਦੇ ਮਨ ਦੇ ਵਿੱਚ ਕੋਈ ਇੱਜ਼ਤ ਨਹੀਂ ਹੋਵੇਗੀ। ਸਾਰਿਆਂ ਨੈਗੇਟਿਵਿਟੀਜ਼ ਨੂੰ ਦੂਰ ਕਰਕੇ ਸਾਈਡ ਕਰਕੇ ਸ਼ਾਹਰੁਖ ਖਾਨ ਦੇ ਵੱਲੋਂ ਕਿਸੇ ਵੀ ਗੱਲ ਦਾ ਪ੍ਰਤੀਕਰਮ ਜੋ ਹੈ ਉਹ ਬਿਲਕੁਲ ਨਹੀਂ ਦਿੱਤਾ ਜਾਂਦਾ ਅਤੇ ਉਸਦੇ ਵੱਲੋਂ ਮੱਥਾ ਟੇਕ ਕੇ ਆਸ਼ੀਰਵਾਦ ਹਾਸਲ ਕੀਤਾ ਜਾਂਦਾ ਹੈ।